ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਅਚਾਨਕ ਕਰੋਨਾ ਦਾ ਕਰਕੇ ਸਰਕਾਰ ਨੇ 5 ਮਾਰਚ ਤੱਕ ਲਾਤਾ ਲੋਕਡਾਊਨ ਤਾਜ਼ਾ ਵੱਡੀ ਖਬਰ ਆ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਕਰਨਾ ਨਾ ਭੁੱਲਿਓ ਸੋ ਦੋਸਤੋ ਤੁਹਾਨੂੰ ਪਤਾ ਹੈ ਜੀ ਵੱਖ-ਵੱਖ ਰਾਸ਼ਟਰਾਂ ਦੇ ਵੱਲੋਂ ਸਖਤ ਕਦਮ ਕਰੋਨਾ ਵਾਇਰਸ ਦੇ ਜਿਹੜਾ ਨਵਾਂ ਸਟ੍ਰੇਨ ਆਇਆ ਉਸ ਨੂੰ ਰੋਕਣ ਦੇ ਲਈ ਉਠਾਏ ਜਾ ਰਹੇ ਹਨ ਇਹਨਾਂ ਦੇ ਵਿੱਚੋਂ ਇੱਕ ਉੱਤਰੀ ਆਇਰਲੈਂਡ ਦੇ ਵਿੱਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਤੇ ਇੱਥੇ ਲਗਾਤਾਰ ਹੋ ਰੀਆਂ ਮੌਤਾਂ ਦੇ ਕਾਰਨ ਸਰਕਾਰ ਦੇ ਵੱਲੋਂ ਇੱਕ ਸਖਤ ਐਲਾਨ ਕੀਤਾ ਗਿਆ ਜਿਸ ਦੇ ਅਧੀਨ ਇਹਨਾਂ ਅੰਕੜਿਆਂ ਨੂੰ ਦੇਖਦੇ ਹੋਏ ਇੱਕ ਮੀਟਿੰਗ ਤੋਂ ਬਾਅਦ ਪਹਿਲਾ ਮੰਤਰੀ ਅਰਲਿਨ ਫੋਰਸੈਟ ਨੇ 5 ਮਾਰਚ ਤੱਕ ਤਾਲਾਬੰਦੀ ਵਿੱਚ ਵਾਅਦਾ ਕੀਤਾ ਵਾਅਦਾ ਕਰ ਦਿੱਤਾ ਹੈ ਜਿਕਰ ਜੋ ਹੈ ਕਿ ਇੱਥੇ 크리스마ਸ ਤੋਂ ਬਾਅਦ ਵਿੱਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਦੌਰਾਨ ਰੋਜ਼ਮਰਾਂ ਦੀਆਂ ਜ਼ਰੂਰੀ ਵਸਤਾਂ ਵਾਲੀਆਂ ਸੇਵਾਵਾਂ ਵਾਲੀਆਂ ਦੁਕਾਨਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਨੂੰ ਇੱਕ ਵਾਰੀ ਫਿਰ ਬੰਦ ਕਰ ਦਿੱਤਾ ਹੈ ਸਕੂਲ ਦਫ਼ਤਰ ਵੀ ਬੰਦ ਕਰ ਦਿੱਤੇ ਹਨ ਜਿਸ ਕਾਰਨ ਵਿਦਿਆਰਥੀ ਅਤੇ ਦਫ਼ਤਰੀ ਕਰਮਚਾਰੀ ਘਰੋ ਬੈਠ ਕੇ ਹੀ ਆਪਣਾ ਕੰਮ ਕਾਜ ਕਰ ਰਹੇ ਹਨ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਘਟ ਕਰਨ ਦੇ ਮੱਤਮ ਨਾਲ ਉੱਤਰੀ ਆਇਰਲੈਂਡ ਦੇ ਸਿਹਤ ਮੰਤਰੀ ਰੋਬਿਨ ਸਵੈਣ ਦੇ ਵੱਲੋਂ ਤਾਲਾਬੰਦੀ ਦੀ ਸੀਮਾ ਨੂੰ ਵਧਾਉਣ ਦਾ ਸੁਝਾਅ ਦਿੱਤਾ ਗਿਆ ਸੀ ਜਿਸ ਨੂੰ ਮੰਤਰੀਆਂ ਦੇ ਨਾਲ ਕੀਤੀ ਗਈ ਇੱਕ ਮੀਟਿੰਗ ਤੋਂ ਬਾਅਦ ਸਹਿਮਤੀ ਜੰਦਾਉਣ ਤੇ ਲਾਗੂ ਕਰ ਦਿੱਤਾ ਗਿਆ ਇਸ ਐਲਾਨ ਤੇ ਮੌਜੂਦਾ ਹਾਲਾਤਾਂ ਸੰਬੰਧੀ ਜਾਣਕਾਰੀ ਦਿੰਦੀ ਹੋਏ ਫੋਸਟਰ ਨੇ ਦੱਸਿਆ ਹੈ ਕਿ ਸਥਾਨਕ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਵਾਸਤੇ ਇਹ ਸਖਤ ਕਦਮ ਚੁੱਕਣਾ ਬੇਹੱਦ ਜ਼ਰੂਰੀ ਸੀ ਸਿਹਤ ਵਿਭਾਗ ਨੇ ਦਿਨ ਵੀਰਵਾਰ ਦੇ ਅੰਕੜੇ ਜਾਰੀ ਕੀਤੇ ਹਨ ਜਿਸ ਦੌਰਾਨ 732 ਨਵੇਂ ਮਾਮਲੇ ਅਤੇ 21 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਮੇਂ 806 ਕਰੋਨਾ ਵਾਇਰਸ ਦੇ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹਨ ਜਿਨ੍ਹਾਂ ਦੇ ਵਿੱਚੋਂ 70 ਮਰੀਜ਼ਾਂ ਨੂੰ ਆਈਓਸੀ ਵਾਰਡ ਦੇ ਵਿੱਚ ਰੱਖਿਆ ਗਿਆ ਹੈ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਅਸੀਂ ਅਗਲਾ ਫੈਸਲਾ ਹੋਰ ਵੀ ਸਖਤ ਲੈ ਸਕਦੇ ਹਾਂ ਪਰ ਹੁਣ ਉਹਨਾਂ ਨੇ ਮਾਰਚ ਦੇ ਤੱਕ 5 ਮਾਰਚ 2021 ਦੇ ਤੱਕ ਆਇਰਲੈਂਡ ਦੇ ਵਿੱਚ ਲਾਕਡਾਊਨ ਕਰ ਦਿੱਤਾ ਜੀ ਪਾਬੰਦੀ ਲਾ ਦਿੱਤੀ ਆ ਕਰੋਨਾ ਦੇ ਵਧ ਰਹੇ ਖਤਰੇ ਨੂੰ ਦੇਖਦੇ ਆ ਸੋ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਭਾਰਤ ਵਿੱਚ ਜਿਹੜਾ ਨਵਾਂ ਸਟ੍ਰੇਨ ਆ ਚੁੱਕਾ ਹੈ ਉਸ ਦੇ ਸੰਬੰਧੀ ਭਾਰਤ ਸਰਕਾਰ ਨੂੰ ਕੀ ਕਰਨਾ ਚਾਹੀਦਾ ਆਪਣੇ ਵਿਚਾਰ ਤੁਸੀਂ ਕਮੈਂਟ ਚ ਰੱਖ ਸਕਦੇ ਹੋ ਧੰਨਵਾਦ